ਜਿਹੜਾ ਬੰਬ ਫਟ ਗਿਆ ਬਈ, ਜਿਹੜਾ ਹਾਈ ਹਾਈ ਕਰਨ ਬਹਿ ਗਈ ਏ। ਸਰਕਾਰ ਨੇ ਵਲ ਦੋ ਦਿਨਾਂ ਵਾਸਤੇ ਇੰਟਰਨੈਟ ਬੰਦ ਚ ਕੀਤੇ। ਵਾਹ 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 ਵਾਹ, ਬਹੁਤ ਖੂਬ ਬਹੁਤ ਖੂਬ। ਮੈਂ ਕੋਈ ਸ਼ੇਰ ਸੁਣੇ ਦੀ ਪਈ ਆ ਜਿਹੜੇ ਵਾਹ 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 ਕਰੇਂਦੇ ਬੈਠੇ ਵੇ। ਉਹ ਮੈਂ ਤੇਰੀ ਵਾਹ ਵਾਹ ਕਹਿ ਨਹੀਂ ਕਰੇਂਦਾ ਬੈਠਾ, ਮੈਂ ਤਾਂ ਸਰਕਾਰ ਦੀ ਵਾਹ ਵਾਹ ਕਰੇਂਦਾ ਬੈਠਾ। ਇੱਕ ਤਾਂ ਸਰਕਾਰ ਨੇ ਦੋ ਦਿਨਾਂ ਵਾਸਤੇ ਇੰਟਰਨੈਟ ਬੰਦ ਚਾ ਕੀਤੇ, ਦੂਜਾ ਤੁਸੀਂ ਆਉਂਦੀ ਵਾਹ ਵਾਹ ਕਰੇਂਦੇ ਬੈਠੇ ਨੇ। ਉਹ ਦੋ ਦਿਨਾਂ ਵਾਸਤੇ ਇੰਟਰਨੈਟ ਬੰਦ ਕੀਤੇ ਤੇ ਦੋ ਦਿਨ ਦਾ ਟਾਈਮ ਤੇ ਰੋਟੀ ਮਿਲ ਸੀ। ਅੱਜ ਤਾਂ ਅਚਾਰ ਨਾਲ ਰੋਟੀ ਖਾਣੀ ਪਈ ਸੀ, ਸਬਜ਼ੀ ਤਾਂ ਬਣ ਸੀ ਨਹੀਂ ਕਹਿਣਾ। ਕਿਉਂ? ਮੈਂ ਖੁਮੀਆਂ ਲੈ ਰੱਖੀਆਂ ਤੇ ਸਰਕਾਰ ਨੇ ਇੰਟਰਨੈਟ ਹੀ ਬੰਦ ਕਰ ਦਿੱਤੇ। ਉਹ ਤੇਰਾ ਚੁੱਲ੍ਹਾ ਗੈਸ ਸਿਲੰਡਰ ਨਾਲ ਚੱਲਦੇ ਕਿ ਇੰਟਰਨੈਟ ਨਾਲ ਚੱਲਦੇ? ਮੇਕੋ ਖੁੰਦੀਆਂ ਬਣਾ ਨਹੀਂ ਕਹਿੰਦੀਆਂ ਆਂਦੀਆਂ। ਮੈਂ ਕਿਹਾ ਇੰਟਰਨੈਟ ਤੇ ਉਹਦਾ ਤਰੀਕਾ ਡੇ ਘਿੰਸਾ ਤੇ ਬਣਾ ਲੈ ਸਾਂ। ਵੱਲ ਹੁਣ ਕਿਵੇਂ ਬਣੇ ਸਾਂ? ਉਹ ਵੱਲ ਇਵੇਂ ਕਰੇਂਦੇ ਆ, ਖੁੰਦੀਆਂ ਨੂੰ ਕੱਟ ਕੇ ਉਹਨਾਂ ਤੇ ਲੂਣ ਲਾ ਕੇ ਨਿੰਬੂ ਲਾ ਕੇ ਤੇ ਧੁੱਪੇ ਬਹਿ ਕੇ ਖਾ ਗਿੰਦੇ ਆ। ਓਏ ਖੁੰਦੀਆਂ ਹਨ ਮੂਲੀਆਂ ਕਹਿ ਨਹੀਂ, ਜਿਹੜੇ ਧੁੱਪੇ ਚ ਬਹਿ ਕੇ ਲੂਣ ਲਾ ਕੇ ਨਿੰਬੂ ਲਾ ਕੇ ਖਾ ਗਿੰਦੇ ਆ। ਇਹ ਸਬਜ਼ੀ ਏ, ਸਬਜ਼ੀ ਨੂੰ ਕੱਚਾ ਕਹਿ ਨਹੀਂ ਖਾਂਦੇ। ਲੈ ਮੈਂ ਤੈਨੂੰ ਕਈ ਵਾਰੀ ਕੱਚੀ ਸਬਜ਼ੀ ਖਾਂਦਾ ਹੋਇਆ ਦੇਖੇ, ਜਦੋਂ ਵੀ ਮਟਰ ਛਿਲੇਨੀ ਏ ਨਾਲ ਲੱਠੂ ਉਸਦੀ ਬੈਠੀ ਹੋਣੀ ਏ, ਤੇ ਜਦੋਂ ਵੀ ਗੋਭੀ ਕਟੇਨੀ ਏ ਸਾਰੇ ਡੰਡਲ ਖਾ ਵੀਨੀ। ਕੱਲ ਤਾਂ ਮੈਂ ਤੈਨੂੰ ਕੱਚਾ ਆਲੂ ਵੀ ਖਾਂਦਾ ਹੋਇਆ ਦੇਖੇ। ਓਏ ਉਹ ਕੱਚਾ ਕਹਿੰਦਾ ਈ, ਉਹ ਉਬਲਿਆ ਹੋਇਆ ਆਲੂ ਆਈ। ਮੇਰੇ ਨਾ ਦਿਮਾਗ ਵਿੱਚ ਇੱਕ ਆਈਡੀਆ ਆਉਂਦਾ ਪਏ। ਤੇਰੇ ਦਿਮਾਗ ਵਿੱਚ? ਸੁਣ ਤਾਂ ਲਿਓ ਪਹਿਲੇ। ਹਾਂ ਬੋਲ। ਜਿਵੇਂ ਮੈਂ ਰੋਜ਼ ਅੱਧਾ ਕਿਲੋ ਕੱਦੂ ਬਣੇਨੀ ਆ, ਅੱਜ ਮੈਂ ਕੱਦੂ ਦਾ ਪੈਸਾ ਥੋੜਾ ਦਿਆ, ਬਾਕੀ ਸਾਰੀ ਖੁੰਦੀਆਂ ਪਾੜੇ ਸਾਂ ਤੇ ਕੁੱਕਰ ਬੰਦ ਕਰਦੇ ਸਾਂ ਤੇ ਕੱਦੂ ਦੇ ਥਾਂ ਤੇ ਖੁੰਦੀਆਂ ਪਾੜਦੇ ਸਨ। ਵਾਹ, ਤੇਰੇ ਕੋਲ ਤਾਂ ਯਾਰ ਦਿਮਾਗ ਹੈ ਪਿਆ, ਮੇਕੋ ਤਾਂ ਅੱਜ ਤੱਕ ਪਤਾ ਹੀ ਕਿੰਨਾ ਹੈ। ਕੱਦੂ ਖਾ ਖਾ ਕੇ ਪਰੇਸ਼ਾਨ ਸੀ ਗਿਆ, ਖੁੰਬੀਆਂ ਦੀ ਗੱਲ ਹੀ ਅੱਡ ਬਹੁ ਸਵਾਦ ਹੈ। ਹੁਣ ਮੈਨੂੰ ਪਤਾ ਲੱਗ ਗਏ ਤੁਹਾਨੂੰ ਤਾਂ ਕੋਸਣ ਦੀ ਆਦਤ ਹੈ। ਕਿਉਂ? ਮੇਰੇ ਕੋਲ ਖੁੰਬੀਆਂ ਬਣੀਆਂ ਜਾਣਾ, ਮੈਂ ਤਾਂ ਕੱਦੂ ਹੀ ਬਣਾ ਕੇ ਲੈ ਆ। ਉੱਤੋਂ ਉੱਤੋਂ ਸਵਾਦ ਆਈ, ਥੱਲੇ ਤਾਂ ਸਾਰੀ ਬੇਸਵਾਦ ਸਬਜ਼ੀ ਹੈ। ਹੁਣ ਤਾਂ ਮੈਨੂੰ ਪੱਕਾ ਪਤਾ ਲੱਗ ਗਏ ਤੁਹਾਡੀ ਤਾਂ ਕੋਸਣ ਦੀ ਆਦਤ ਹੈ, ਮੈਂ ਤਾਂ ਕੱਦੂ ਬਣਾਇਆ ਹੀ ਕਿ ਨਹੀਂ, ਮੈਂ ਤਾਂ ਖੁੰਬੀਆਂ ਬਣਾ ਕੇ ਲਿਆਈ ਆ ਸਾਰੀ। ਹੁਣ ਦੱਸੋ ਕਿਹੋ ਜਿਹਾ ਸਵਾਦ ਹੈ? ਪਹਿਲਾਂ ਨਾ ਤੂੰ ਮੈਨੂੰ ਪੱਕਾ ਦੱਸ ਦੇ ਇਹ ਕੱਦੂ ਏ ਕਿ ਖੁੰਬੀਆਂ ਏ, ਵੱਲ ਦੱਸੇ ਸਾਂ ਮੈਂ ਇਹ ਸਵਾਦ ਏ ਕਿ ਕਹਿਣਾ। ਜਦੋਂ ਤੁਸੀਂ ਹੀ ਅੰਗੂਠੇ 'ਤੇ ਕਲਿੱਕ ਕਰੇ ਸੋ ਤਾਂ ਸਾਡਾ ਵੀਡੀਓ ਲਾਈਕ ਥੀ ਵੇ ਸੀ, ਅਤੇ ਜੇ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਹਿ ਨਹੀਂ ਕੀਤਾ ਤਾਂ ਹੀ ਸਬਸਕ੍ਰਾਈਬ ਦੇ ਉੱਪਰ ਕਲਿੱਕ ਕਰਕੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਵੇ। ਹੁਣ ਦੇ ਬਾਅਦ ਹੀ ਘੰਟੀ 'ਤੇ ਕਲਿੱਕ ਕਰੇ ਸੋ ਤਾਂ ਸਾਡੇ ਹਰ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਆਵੇ ਸੀ। ਜੇ ਤੁਸੀਂ ਸਾਡਾ ਚੈਨਲ ਪਹਿਲਾਂ ਤੋਂ ਹੀ ਸਬਸਕ੍ਰਾਈਬ ਕੀਤਾ ਹੋਏ ਤਾਂ ਦੁਬਾਰਾ ਸਬਸਕ੍ਰਾਈਬ ਕਰਨ ਦੀ ਜ਼ਰੂਰਤ ਕਹਿ ਨਹੀਂ ਹੁੰਦੀ। ਬਹੁ ਬਹੁ ਮਿਹਰਬਾਨੀ।